ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਰੋਬੀ ਦੰਡਲ ਇਸ ਵੇਲੇ ਬਿਹਤਰ ਇੰਟਰਸਟਿੰਗ ਖਬਰ ਲੈ ਕੇ ਹਾਜ਼ਰ ਹਾਂ ਕਾਲਾ ਕੋਟ ਐਵੇਂ ਨਹੀਂ ਪਾਇਆ ਕਈ ਤਾਂ ਕਹਿੰਦੇ ਹੋਣੇ ਅਸੀਂ ਕਾਲਾ ਕੋਟ ਇਸ ਲਈ ਪਾਇਆ ਕਿਉਂਕਿ ਅਸੀਂ ਡਰਾਈਕਲੀਨ ਕਰਾ ਕੇ ਪਾਇਆ ਹੁਣ ਸਾਰੇ ਜਣੇ ਇਹ ਵੀ ਸੋਚਦੇ ਹੋਣੇ ਆ ਕਿ ਆਪ ਵੀ ਕਾਲਾ ਕੋਟ ਪਾ ਕੇ ਬੈਠੀ ਐ ਮੈਂ ਤਾਂ ਤਾਂ ਪਾਇਆ ਕਿਉਂਕਿ ਮੈਂ ਤਾਂ ਪ੍ਰੋਗਰਾਮ ਕਰਨਾ ਸੀ ਮੈਂ ਤਾਂ ਤਾਂ ਪਾਇਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਾਲਾ ਕੋਟ ਪਾਉਣ ਦੇ ਪਿੱਛੇ ਵੱਡਾ ਕਾਰਨ ਕੀ ਹੈ ਤੇ ਇਹਨੂੰ ਕਿਉਂ ਜ਼ਿਆਦਾ ਪਾਇਆ ਜਾਂਦਾ ਹੈ ਵਕੀਲਾਂ ਦੇ ਦੁਆਰਾ ਇਸ ਦੇ ਬਾਰੇ ਅਸੀਂ ਤੁਹਾਨੂੰ ਸਾਰੀ ਹੀ ਜਾਣਕਾਰੀ ਦਵਾਂਗੇ ਇੰਗਲੈਂਡ ਦੇ ਰਾਜਾ ਚਾਰਲਸ ਦੂਜੇ ਦੀ ਮੌਤ ਤੋਂ ਬਾਅਦ ਵੀ ਵਕੀਲਾ ਤੇ ਜੱਜਾਂ ਨੂੰ ਕਾਲੇ ਕੱਪੜੇ ਪਾਉਣ ਦਾ ਹੁਕਮ ਦਿੱਤਾ ਗਿਆ ਸੀ। ਕਾਲਾ ਕੋਟ ਪਾਉਣ ਦੇ ਪਿੱਛੇ ਇਹ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਜਲਦੀ ਗੰਦਾ ਨਹੀਂ ਹੁੰਦਾ। ਬੇਸ਼ੱਕ ਇਹ ਸੱਚ ਹੈ ਕਿ ਕਾਲਾ ਕੱਪੜਾ ਛੇਤੀ ਗੰਦਾ ਨਹੀਂ ਹੁੰਦਾ ਤੇ ਕਾਫੀ ਸਮੇਂ ਤੱਕ ਚੱਲ ਵੀ ਜਾਂਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਵਕੀਲ ਕਾਲਾ ਕੋਟ ਪਾ ਕੇ ਬਹਿਸ ਕਰਦੇ ਨੇ ਤੇ ਬਹਿਸ ਨਹੀਂ ਕਰਦੇ ਸੋ ਕਿ ਆਪਣੇ ਦਫ਼ਤਰਾਂ ਦੇ ਵਿੱਚ ਵੀ ਕਾਲਾ ਕੱਪੜਾ ਪਾ ਕੇ ਜੋ ਕਾਲੇ ਕੋਟ ਪਾ ਕੇ ਬੈਠਦੇ ਨੇ ਤੇ ਆਖਰ ਵਕੀਲ ਇਹ ਰੰਗ ਕਿਉਂ ਪਾਉਂਦੇ ਨੇ ਤੇ ਇਹ ਰੁਝਾਨ ਕਦੋਂ ਸ਼ੁਰੂ ਹੋਇਆ ਇਸ ਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਵਕੀਲਾ ਦੇ ਵੱਲੋਂ ਕਾਲੇ ਕੋਟ ਪਾਉਣ ਦੇ ਕਈ ਕਾਰਨ ਨੇ ਇਸ ਤੋਂ ਇਲਾਵਾ ਇਹ ਇਤਿਹਾਸਿਕ ਘਟਨਾ ਦੇ ਨਾਲ ਵੀ ਜੁੜਿਆ ਹੋਇਆ ਹੈ ਜੀ ਹਾਂ ਕਿਹਾ ਜਾਂਦਾ ਹੈ ਕਿ 1694 ਈਸਵੀ ਦੇ ਵਿੱਚ ਚੇਚਕ ਦੇ ਕਾਰਨ ਮਹਾਰਾਣੀ ਮੈਰੀ ਦੀ ਮੌਤ ਤੋਂ ਬਾਅਦ ਵਿੱਚ ਰਾਜਾ ਵਿਲੀਅਮਸਨ ਨੇ ਹੁਕਮ ਦਿੱਤਾ ਸੀ ਕਿ ਮਹਾਰਾਣੀ ਦੀ ਮੌਤ ਦੇ ਸੋਗ ਦੇ ਲਈ ਸਾਰੇ ਜੱਜ ਤੇ ਵਕੀਲ ਕਾਲੇ ਗਾਉਣ ਪਾ ਕੇ ਆਉਣ ਤੇ ਹਾਲਾਂਕਿ ਵਕੀਲਾਂ ਦੇ ਲਈ ਕਾਲੇ ਰੰਗ ਦੇ ਪਹਿਰਾਵੇ ਦਾ ਪ੍ਰਸਾਦ 1637 ਦੇ ਵਿੱਚ ਹੀ ਅੱਗੇ ਰੱਖ ਦਿੱਤਾ ਗਿਆ ਸੀ ਜਿਸ ਦਾ ਕਾਰਨ ਉਹਨਾਂ ਨੂੰ ਆਮ ਲੋਕਾਂ ਦੇ ਨਾਲੋਂ ਥੋੜਾ ਜਿਹਾ ਵੱਖਰਾ ਦਿਖਾਉਣਾ ਸੀ ਇੱਕ ਹੋਰ ਹਵਾਲੇ ਦੇ ਅਨੁਸਾਰ ਇੰਗਲੈਂਡ ਦੇ ਰਾਜਾ ਚਾਰਲਸ ਦੂਜੇ ਦੀ ਮੌਤ ਤੋਂ ਬਾਅਦ ਵਿੱਚ ਵੀ ਵਕੀਲਾਂ ਤੇ ਜੱਜਾਂ ਨੂੰ ਕਾਲੇ ਰੰਗ ਦੇ ਕੱਪੜੇ ਭਾਵ ਕਿ ਕਾਲੇ ਕੋਟ ਪਾਉਣ ਦਾ ਹੁਕਮ ਦਿੱਤਾ ਗਿਆ ਸੀ ਕਾਲਾ ਕੋਟ ਪਾਉਣ ਪਿੱਛੇ ਇਹ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਜਲਦੀ ਗੰਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਪਹਿਰਾਵੇ ਦੇ ਕੋਡ ਦੇ ਨਾਲ ਜੁੜੇ ਰਹਿਣਾ ਪੈਂਦਾ ਸੀ ਇਸ ਲਈ ਇਹ ਜਹਾ ਰੰਗ ਚੁਣਿਆ ਗਿਆ ਸੀ ਜੋ ਅਦਾਲਤ ਨੂੰ ਰੋਜ਼ਾਨਾ ਪਾਇਆ ਜਾ ਸਕੇ ਤੇ ਹੁਣ ਭਾਰਤ ਦੇ ਵਿੱਚ ਕਾਲਾ ਕੋਟ ਪਾਉਣ ਦਾ ਰੁਝਾਨ ਕਦੋਂ ਹੋਇਆ ਇਸ ਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਜੰਮੇ ਆ ਹਾਲਾਂਕਿ ਬ੍ਰਿਟਿਸ਼ ਸ਼ਾਸਨ ਦੌਰਾਨ ਜੱਜ ਤੇ ਵਕੀਲ ਕਾਲੇ ਗਾਉਨ ਅਤੇ ਸੂਟ ਪਾਉਂਦੇ ਸਨ ਪਰ ਆਜ਼ਾਦ ਭਾਰਤ ਵਿੱਚ ਇਹ ਪ੍ਰਣਾਲੀ 1965 ਵਿੱਚ ਲਾਜ਼ਮੀ ਕਰ ਦਿੱਤੀ ਗਈ ਸੀ ਸਕੂਲੀ ਜੀਵਨ ਹੋਵੇ ਦਫ਼ਤਰ ਹੋਵੇ ਜਾਂ ਅਦਾਲਤ ਹਰ ਥਾਂ ਪਹਿਰਾਵੇ ਦਾ ਖਾਸ ਕਾਰਨ ਹੁੰਦਾ ਹੈ ਅਨੁਸ਼ਾਸਨ ਤੇ ਕਾਲੇ ਕੋਟ ਨੂੰ ਅਨੁਸ਼ਾਸਨ ਅਤੇ ਆਤਮ ਵਿਸ਼ਵਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਕਾਲੇ ਕੋਟ ਸਿਰਫ ਭਾਰਤ ਵਿੱਚ ਨਹੀਂ ਸਗੋਂ ਕਿ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਵਕੀਲਾਂ ਦੁਆਰਾ ਪਾਏ ਜਾਂਦੇ ਨੇ ਇਹ ਸੀ ਕਾਲੇ ਕੋਟ ਪਾਉਣ ਦਾ ਅਸਲ ਸੱਚ ਹੁਣ ਕੋਈ ਇਹ ਨਹੀਂ ਕਹੇਗਾ ਕਿ ਅਸੀਂ ਕਾਲਾ ਕੋਟ ਕਿਉਂ ਪਾਇਆ ਕਿਉਂਕਿ ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀ ਕਿ ਅਸੀਂ ਕਾਲਾ ਕੋਟ ਕਿਉਂ ਪਾਇਆ ਅਸੀਂ ਡ్రਾਈ ਕਲੀਨ ਕਰਾਇਆ ਤੇ ਤਾਂ ਪਾਇਆ ਕਈ ਕਹਿੰਦੇ ਸੀ ਅਸੀਂ ਕਾਲਾ ਕੋਟ ਇਸ ਲਈ ਪਾਇਆ ਕਿਉਂਕਿ ਨਵਾਂ ਲੈ ਕੇ ਪਾਇਆ ਹੁਣ ਇਸ ਖਬਰ ਦੇ ਰਾਹੀਂ ਤੁਹਾਨੂੰ ਪਤਾ ਚਲ ਜਾਏਗਾ ਕਿ ਕਾਲਾ ਕੋਟ ਸਾਰੇ ਜਾਣੇ ਕਿਉਂ ਪਾਉਂਦੇ ਨੇ ਵਕੀਲਾਂ ਦੁਆਰਾ ਇਹ ਕਿਉਂ ਖਾਸ ਹੈ ਇਸ ਤਰ੍ਹਾਂ ਦੀਆਂ ਹੋਰ ਇੰਟਰਸਟਿੰਗ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਦੇਖਦੇ ਰਹੋ ਅਜੀਤ ਵੈਬ ਟੀਵੀ